ਲੁਧਿਆਣੇ ਦੇ ਸੱਗੂ ਚੌਂਕ ਦੇ ਵਿੱਚ ਇੱਕ ਦੁਕਾਨ 'ਤੇ ਅੱਗ ਲੱਗੀ ਹੈ। ਮੈਂ ਮੌਕੇ 'ਤੇ ਮੌਜੂਦ ਹਾਂ। ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਮੈਂ ਕਿ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀ ਮਦਦ ਲਿੱਤੀ ਆ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਇੱਥੇ ਮੌਜੂਦ ਹੈਗੀਆਂ ਮੈਂ ਔਰ ਕਰੇਨ ਦੇ ਰਾਹੀਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਦੁਕਾਨ ਹੈਗੀ ਹੈ ਇਹ ਹਾਰਡਵੇਅਰ ਦੀ ਦੁਕਾਨ ਹੈਗੀ ਹੈ। ਵੁਡਨ ਹਾਰਡਵੇਅਰ ਦੇ ਜਿਹੜਾ ਸਪੇਅਰ ਪਾਰਟ ਹੁੰਦਾ ਵਾ ਉਸ ਦੀ ਇਹ ਦੁਕਾਨ ਹੈਗੀ ਹੈ ਔਰ ਇਸ ਦਾ ਦੁਕਾਨ ਦਾ ਜਿਹੜਾ ਮਾਲਿਕ ਸੀਗਾ ਉਹ ਦੁਕਾਨ ਨੂੰ ਬੰਦ ਕਰਕੇ ਜਦੋਂ ਗਿਆ ਵਾ ਤਾਂ ਉਸ ਤੋਂ ਮਹਿਜ਼ 1 ਘੰਟੇ ਬਾਅਦ ਹੀ ਇਹ ਅੱਗ ਦਾ ਜਿਹੜਾ ਤਾਂਡਵ ਸ਼ੁਰੂ ਹੋ ਗਿਆ ਔਰ ਨਾਲ ਲੱਗਦੀ ਦੁਕਾਨ ਦੇ ਜਿਹੜੇ ਹੈਗੇ ਨੇ ਮਾਲਿਕ ਉਹਨਾਂ ਪੱਖੋਂ ਇਸ ਦੁਕਾਨ ਦੇ ਮਾਲਿਕ ਨੂੰ ਸੂਚਨਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਇੱਥੇ ਮੌਕੇ 'ਤੇ ਪੁਲਿਸ ਪਹੁੰਚਦੀ ਹੈ। ਪੁਲਿਸ ਪੱਖੋਂ ਜਿਹੜਾ ਵਾ ਇਲਾਕਾ ਆਸੇ ਪਾਸੇ ਬੰਦ ਕਰ ਦਿੱਤਾ ਜਾਂਦਾ ਵਾ ਔਰ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਇਸ ਅੱਗ ਨੂੰ ਜਿਹੜਾ ਵਾ ਕਾਬੂ ਪਾਉਣ ਦੀ ਜਿਹੜੀ ਹੈ ਕਵਾਇਤਾਂ ਲਗਾਤਾਰ ਜਾਰੀਆਂ ਹੈਗੀਆਂ। ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਪੱਖੋਂ ਇਸ ਬਿਲਡਿੰਗ ਦੇ ਵਿੱਚ ਆਉਣ ਔਰ ਜਾਣ ਦਾ ਕੋਈ ਰਸਤਾ ਨਹੀਂ ਹੈ। ਇੱਕੋ ਹੀ ਰਸਤਾ ਜਿਹੜਾ ਵਾ ਜਿਸ ਦੇ ਰਾਹੀਂ ਉਹ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਿਹੜੇ ਨੇ ਉੱਪਰ ਪਹੁੰਚ ਸਕਦੇ ਨੇ, ਪਰ ਕਿਸੇ ਵੀ ਤਰੀਕੇ ਨਾਲ ਉੱਪਰ ਨਾ ਪਹੁੰਚਣ ਦੀ ਵਜ੍ਹਾ ਕਰਕੇ ਹੀ ਕਿਤੇ ਨਾ ਕਿਤੇ ਜਿਹੜੀ ਕਰੇਨ ਦੀ ਮਦਦ ਲਿੱਤੀ ਜਾ ਰਹੀ ਹੈ ਔਰ ਕਰੇਨ ਦੀ ਮਦਦ ਦੇ ਨਾਲ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਔਰ ਦੇਖ ਸਕਦੇ ਹੋ ਕਿ ਧੂੰਆਂ ਹੀ ਧੂੰਆਂ ਹੋਇਆ ਔਰ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਇਸ ਕਦਰ ਧੂੰਆਂ ਹੋ ਚੁੱਕਾ ਹੋਇਆ ਕਿ ਲੋਕਾਂ ਨੂੰ ਸਾਹ ਲੈਣ ਦੀ ਵੀ ਜਿਹੜੀ ਹੈ ਦਿੱਕਤ ਆ ਰਹੀ ਹੈ। ਪਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਆਪਣੀ ਪੂਰੀ ਮੁਸਤੈਦੀ ਦੇ ਨਾਲ ਲੱਗੇ ਹੋਏ ਨੇ। ਲੁਧਿਆਣੇ ਦੇ ਸੱਗੂ ਚੌਂਕ ਦੇ ਵਿੱਚ ਇੱਕ ਦੁਕਾਨ 'ਤੇ ਅੱਗ ਲੱਗੀ ਹੈ। ਮੈਂ ਮੌਕੇ 'ਤੇ ਮੌਜੂਦ ਹਾਂ। ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਮੈਂ ਕਿ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀ ਮਦਦ ਲਿੱਤੀ ਆ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਇੱਥੇ ਮੌਜੂਦ ਹੈਗੀਆਂ ਮੈਂ ਔਰ ਕਰੇਨ ਦੇ ਰਾਹੀਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਦੁਕਾਨ ਹੈਗੀ ਹੈ ਇਹ ਹਾਰਡਵੇਅਰ ਦੀ ਦੁਕਾਨ ਹੈਗੀ ਹੈ। ਵੁਡਨ ਹਾਰਡਵੇਅਰ ਦੇ ਜਿਹੜਾ ਸਪੇਅਰ ਪਾਰਟ ਹੁੰਦਾ ਵਾ ਉਸ ਦੀ ਇਹ ਦੁਕਾਨ ਹੈਗੀ ਹੈ ਔਰ ਇਸ ਦਾ ਦੁਕਾਨ ਦਾ ਜਿਹੜਾ ਮਾਲਿਕ ਸੀਗਾ ਉਹ ਦੁਕਾਨ ਨੂੰ ਬੰਦ ਕਰਕੇ ਜਦੋਂ ਗਿਆ ਵਾ ਤਾਂ ਉਸ ਤੋਂ ਮਹਿਜ਼ 1 ਘੰਟੇ ਬਾਅਦ ਹੀ ਇਹ ਅੱਗ ਦਾ ਜਿਹੜਾ ਤਾਂਡਵ ਸ਼ੁਰੂ ਹੋ ਗਿਆ ਔਰ ਨਾਲ ਲੱਗਦੀ ਦੁਕਾਨ ਦੇ ਜਿਹੜੇ ਹੈਗੇ ਨੇ ਮਾਲਿਕ ਉਹਨਾਂ ਪੱਖੋਂ ਇਸ ਦੁਕਾਨ ਦੇ ਮਾਲਿਕ ਨੂੰ ਸੂਚਨਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਇੱਥੇ ਮੌਕੇ 'ਤੇ ਪੁਲਿਸ ਪਹੁੰਚਦੀ ਹੈ। ਪੁਲਿਸ ਪੱਖੋਂ ਜਿਹੜਾ ਵਾ ਇਲਾਕਾ ਆਸੇ ਪਾਸੇ ਬੰਦ ਕਰ ਦਿੱਤਾ ਜਾਂਦਾ ਵਾ ਔਰ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਇਸ ਅੱਗ ਨੂੰ ਜਿਹੜਾ ਵਾ ਕਾਬੂ ਪਾਉਣ ਦੀ ਜਿਹੜੀ ਹੈ ਕਵਾਇਤਾਂ ਲਗਾਤਾਰ ਜਾਰੀਆਂ ਹੈਗੀਆਂ। ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਪੱਖੋਂ ਇਸ ਬਿਲਡਿੰਗ ਦੇ ਵਿੱਚ ਆਉਣ ਔਰ ਜਾਣ ਦਾ ਕੋਈ ਰਸਤਾ ਨਹੀਂ ਹੈ। ਇੱਕੋ ਹੀ ਰਸਤਾ ਜਿਹੜਾ ਵਾ ਜਿਸ ਦੇ ਰਾਹੀਂ ਉਹ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਿਹੜੇ ਨੇ ਉੱਪਰ ਪਹੁੰਚ ਸਕਦੇ ਨੇ, ਪਰ ਕਿਸੇ ਵੀ ਤਰੀਕੇ ਨਾਲ ਉੱਪਰ ਨਾ ਪਹੁੰਚਣ ਦੀ ਵਜ੍ਹਾ ਕਰਕੇ ਹੀ ਕਿਤੇ ਨਾ ਕਿਤੇ ਜਿਹੜੀ ਕਰੇਨ ਦੀ ਮਦਦ ਲਿੱਤੀ ਜਾ ਰਹੀ ਹੈ ਔਰ ਕਰੇਨ ਦੀ ਮਦਦ ਦੇ ਨਾਲ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਔਰ ਦੇਖ ਸਕਦੇ ਹੋ ਕਿ ਧੂੰਆਂ ਹੀ ਧੂੰਆਂ ਹੋਇਆ ਔਰ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਇਸ ਕਦਰ ਧੂੰਆਂ ਹੋ ਚੁੱਕਾ ਹੋਇਆ ਕਿ ਲੋਕਾਂ ਨੂੰ ਸਾਹ ਲੈਣ ਦੀ ਵੀ ਜਿਹੜੀ ਹੈ ਦਿੱਕਤ ਆ ਰਹੀ ਹੈ। ਪਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਆਪਣੀ ਪੂਰੀ ਮੁਸਤੈਦੀ ਦੇ ਨਾਲ ਲੱਗੇ ਹੋਏ ਨੇ। ਲੁਧਿਆਣੇ ਦੇ ਸੱਗੂ ਚੌਂਕ ਦੇ ਵਿੱਚ ਇੱਕ ਦੁਕਾਨ 'ਤੇ ਅੱਗ ਲੱਗੀ ਹੈ। ਮੈਂ ਮੌਕੇ 'ਤੇ ਮੌਜੂਦ ਹਾਂ। ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਮੈਂ ਕਿ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀ ਮਦਦ ਲਿੱਤੀ ਆ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਇੱਥੇ ਮੌਜੂਦ ਹੈਗੀਆਂ ਮੈਂ ਔਰ ਕਰੇਨ ਦੇ ਰਾਹੀਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਦੁਕਾਨ ਹੈਗੀ ਹੈ ਇਹ ਹਾਰਡਵੇਅਰ ਦੀ ਦੁਕਾਨ ਹੈਗੀ ਹੈ। ਵੁਡਨ ਹਾਰਡਵੇਅਰ ਦੇ ਜਿਹੜਾ ਸਪੇਅਰ ਪਾਰਟ ਹੁੰਦਾ ਵਾ ਉਸ ਦੀ ਇਹ ਦੁਕਾਨ ਹੈਗੀ ਹੈ ਔਰ ਇਸ ਦਾ ਦੁਕਾਨ ਦਾ ਜਿਹੜਾ ਮਾਲਿਕ ਸੀਗਾ ਉਹ ਦੁਕਾਨ ਨੂੰ ਬੰਦ ਕਰਕੇ ਜਦੋਂ ਗਿਆ ਵਾ ਤਾਂ ਉਸ ਤੋਂ ਮਹਿਜ਼ 1 ਘੰਟੇ ਬਾਅਦ ਹੀ ਇਹ ਅੱਗ ਦਾ ਜਿਹੜਾ ਤਾਂਡਵ ਸ਼ੁਰੂ ਹੋ ਗਿਆ ਔਰ ਨਾਲ ਲੱਗਦੀ ਦੁਕਾਨ ਦੇ ਜਿਹੜੇ ਹੈਗੇ ਨੇ ਮਾਲਿਕ ਉਹਨਾਂ ਪੱਖੋਂ ਇਸ ਦੁਕਾਨ ਦੇ ਮਾਲਿਕ ਨੂੰ ਸੂਚਨਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਇੱਥੇ ਮੌਕੇ 'ਤੇ ਪੁਲਿਸ ਪਹੁੰਚਦੀ ਹੈ। ਪੁਲਿਸ ਪੱਖੋਂ ਜਿਹੜਾ ਵਾ ਇਲਾਕਾ ਆਸੇ ਪਾਸੇ ਬੰਦ ਕਰ ਦਿੱਤਾ ਜਾਂਦਾ ਵਾ ਔਰ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਇਸ ਅੱਗ ਨੂੰ ਜਿਹੜਾ ਵਾ ਕਾਬੂ ਪਾਉਣ ਦੀ ਜਿਹੜੀ ਹੈ ਕਵਾਇਤਾਂ ਲਗਾਤਾਰ ਜਾਰੀਆਂ ਹੈਗੀਆਂ। ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਪੱਖੋਂ ਇਸ ਬਿਲਡਿੰਗ ਦੇ ਵਿੱਚ ਆਉਣ ਔਰ ਜਾਣ ਦਾ ਕੋਈ ਰਸਤਾ ਨਹੀਂ ਹੈ। ਇੱਕੋ ਹੀ ਰਸਤਾ ਜਿਹੜਾ ਵਾ ਜਿਸ ਦੇ ਰਾਹੀਂ ਉਹ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਿਹੜੇ ਨੇ ਉੱਪਰ ਪਹੁੰਚ ਸਕਦੇ ਨੇ, ਪਰ ਕਿਸੇ ਵੀ ਤਰੀਕੇ ਨਾਲ ਉੱਪਰ ਨਾ ਪਹੁੰਚਣ ਦੀ ਵਜ੍ਹਾ ਕਰਕੇ ਹੀ ਕਿਤੇ ਨਾ ਕਿਤੇ ਜਿਹੜੀ ਕਰੇਨ ਦੀ ਮਦਦ ਲਿੱਤੀ ਜਾ ਰਹੀ ਹੈ ਔਰ ਕਰੇਨ ਦੀ ਮਦਦ ਦੇ ਨਾਲ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਔਰ ਦੇਖ ਸਕਦੇ ਹੋ ਕਿ ਧੂੰਆਂ ਹੀ ਧੂੰਆਂ ਹੋਇਆ ਔਰ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਇਸ ਕਦਰ ਧੂੰਆਂ ਹੋ ਚੁੱਕਾ ਹੋਇਆ ਕਿ ਲੋਕਾਂ ਨੂੰ ਸਾਹ ਲੈਣ ਦੀ ਵੀ ਜਿਹੜੀ ਹੈ ਦਿੱਕਤ ਆ ਰਹੀ ਹੈ। ਪਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਆਪਣੀ ਪੂਰੀ ਮੁਸਤੈਦੀ ਦੇ ਨਾਲ ਲੱਗੇ ਹੋਏ ਨੇ। ਲੁਧਿਆਣੇ ਦੇ ਸੱਗੂ ਚੌਂਕ ਦੇ ਵਿੱਚ ਇੱਕ
ਦੁਕਾਨ 'ਤੇ ਅੱਗ ਲੱਗੀ ਹੈ, ਮੈਂ ਮੌਕੇ 'ਤੇ ਮੌਜੂਦ ਹਾਂ। ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਮੈਂ ਕਿ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀ ਮਦਦ ਲਿੱਤੀ ਆ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਇੱਥੇ ਮੌਜੂਦ ਹੈਗੀਆਂ ਵਾ ਔਰ ਕਰੇਨ ਦੇ ਰਾਹੀਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਵਾ ਕਿ ਇਹ ਜਿਹੜਾ ਦੁਕਾਨ ਹੈਗੀ ਹੈ ਇਹ ਹਾਰਡਵੇਅਰ ਦੀ ਦੁਕਾਨ ਹੈਗੀ ਹੈ, ਵੁਡਨ ਹਾਰਡਵੇਅਰ ਦੇ ਜਿਹੜਾ ਸਪੇਅਰ ਪਾਰਟ ਹੁੰਦਾ ਵਾ ਉਸ ਦੀ ਇਹ ਦੁਕਾਨ ਹੈਗੀ ਹੈ ਔਰ ਇਸ ਦਾ ਦੁਕਾਨ ਦਾ ਜਿਹੜਾ ਮਾਲਿਕ ਸੀਗਾ ਉਹ ਦੁਕਾਨ ਨੂੰ ਬੰਦ ਕਰਕੇ ਜਦੋਂ ਗਿਆ ਵਾ ਤਾਂ ਉਸ ਤੋਂ ਮਹਿਜ਼ 1 ਘੰਟੇ ਬਾਅਦ ਹੀ ਇਹ ਅੱਗ ਦਾ ਜਿਹੜਾ ਤਾਂਡਵ ਸ਼ੁਰੂ ਹੋ ਗਿਆ ਔਰ ਨਾਲ ਲੱਗਦੀ ਦੁਕਾਨ ਦੇ ਜਿਹੜੇ ਹੈਗੇ ਨੇ ਮਾਲਿਕ ਉਹਨਾਂ ਪੱਖੋਂ ਇਸ ਦੁਕਾਨ ਦੇ ਮਾਲਿਕ ਨੂੰ ਸੂਚਨਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਇੱਥੇ ਮੌਕੇ 'ਤੇ ਪੁਲਿਸ ਪਹੁੰਚਦੀ ਹੈ। ਪੁਲਿਸ ਪੱਖੋਂ ਜਿਹੜਾ ਵਾ ਇਲਾਕਾ ਆਸੇ ਪਾਸੇ ਬੰਦ ਕਰ ਦਿੱਤਾ ਜਾਂਦਾ ਵਾ ਔਰ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਇਸ ਅੱਗ ਨੂੰ ਜਿਹੜਾ ਵਾ ਕਾਬੂ ਪਾਉਣ ਦੀ ਜਿਹੜੀ ਹੈ ਕਵਾਇਤਾਂ ਲਗਾਤਾਰ ਜਾਰੀਆਂ ਹੈਗੀਆਂ। ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਪੱਖੋਂ ਇਸ ਬਿਲਡਿੰਗ ਦੇ ਵਿੱਚ ਆਉਣ ਔਰ ਜਾਣ ਦਾ ਕੋਈ ਰਸਤਾ ਨਹੀਂ ਹੈ। ਇੱਕੋ ਹੀ ਰਸਤਾ ਜਿਹੜਾ ਵਾ ਜਿਸ ਦੇ ਰਾਹੀਂ ਉਹ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਿਹੜੇ ਨੇ ਉੱਪਰ ਪਹੁੰਚ ਸਕਦੇ ਨੇ, ਪਰ ਕਿਸੇ ਵੀ ਤਰੀਕੇ ਨਾਲ ਉੱਪਰ ਨਾ ਪਹੁੰਚਣ ਦੀ ਵਜ੍ਹਾ ਕਰਕੇ ਹੀ ਕਿਤੇ ਨਾ ਕਿਤੇ ਜਿਹੜੀ ਕਰੇਨ ਦੀ ਮਦਦ ਲਿੱਤੀ ਜਾ ਰਹੀ ਹੈ ਔਰ ਕਰੇਨ ਦੀ ਮਦਦ ਦੇ ਨਾਲ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਔਰ ਦੇਖ ਸਕਦੇ ਹੋ ਕਿ ਧੂੰਆਂ ਹੀ ਧੂੰਆਂ ਹੋਇਆ ਔਰ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਇਸ ਕਦਰ ਧੂੰਆਂ ਹੋ ਚੁੱਕਾ ਹੋਇਆ ਕਿ ਲੋਕਾਂ ਨੂੰ ਸਾਹ ਲੈਣ ਦੀ ਵੀ ਜਿਹੜੀ ਹੈ ਦਿੱਕਤ ਆ ਰਹੀ ਹੈ, ਪਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਆਪਣੀ ਪੂਰੀ ਮੁਸਤੈਦੀ ਦੇ ਨਾਲ ਲੱਗੇ ਹੋਏ ਨੇ।